ਨਾਲ ਤਾਂ ਇਹ ਦੇਖਣ ਨੂੰ ਮਿਲਦਾ ਹੁੰਦਾ ਵੀ ਹਰਿਆਣੇ ਦੇ ਨਾਲ ਤਾਂ SYL ਦਾ ਮਸਲਾ ਹੈ ਜੀ, ਹਰਿਆਣੇ ਦੇ ਨਾਲ ਤਾਂ ਪੰਜਾਬ ਦੇ ਮਸਲੇ ਬੜੇ ਉਲਝੇ ਹੋਏ ਆ, ਉਹ ਸੁਲਝਾਉਣੇ ਪੈਣੇ ਸਰਕਾਰਾਂ ਦੇ ਤੌਰ 'ਤੇ ਤਾਂ ਜਿਹੜੇ ਇੱਦਾਂ ਦੀਆਂ ਗੱਲਾਂ ਫੈਲਦੀਆਂ, ਅਤੇ ਤੁਸੀਂ ਇੱਥੇ ਆ ਗਏ ਹਰਿਆਣੇ ਤੋਂ ਰੋਪੜ ਦੇ ਵਿੱਚ। ਉਹ ਹਰਿਆਣਾ ਅਤੇ ਪੰਜਾਬ ਦਾ ਮੁੱਦਾ ਨਹੀਂ, ਉਹ ਸਿਆਸਤ ਦਾ ਮੁੱਦਾ। ਅਸੀਂ ਪੰਜਾਬ ਵਾਲੇ ਭਰਾਵਾਂ ਦਾ ਸਵਾਗਤ ਕਰਦੇ ਹਾਂ ਦਿਲ ਖੋਲ੍ਹ ਕੇ, ਉਹਨਾਂ ਦੇ ਰੋਟੀ ਪਾਣੀ ਦਾ, ਉਹਨਾਂ ਦੀਆਂ ਸੜਕਾਂ ਦੇ ਰਾਹ ਪੱਧਰੇ ਕਰਨੇ, ਉਹ ਸਾਡੀ ਜ਼ਿੰਮੇਵਾਰੀ ਹੈ। ਸਰਕਾਰ ਤਾਂ ਉਹ ਉਸੇ ਤਰ੍ਹਾਂ ਕਹਿੰਦੀ ਕਿ ਅਸੀਂ ਤਾਂ ਨਹੀਂ ਜਾਣ ਦਿੰਦੇ, ਉਹ ਤਾਂ ਫਿਰ ਰਾਹ ਰੋਕਣਗੇ। ਤਾਂ ਜਦੋਂ ਵੀ ਸਾਡੇ ਭਰਾ ਜਿਹੜੇ ਮਾਲਵਾ ਬੈਲਟ ਜਿਹੜੀ ਡੱਬ ਵਾਲੀ ਤੋਂ ਕ੍ਰੋਸ ਕਰੂਗੀ, ਉਹਨਾਂ ਲਈ ਜਿਹੜੀਆਂ ਰਾਹਾਂ ਦੀਆਂ ਔਕੜਾਂ ਆਉਣਗੀਆਂ ਉਹ ਅਸੀਂ ਕਲੀਅਰ ਕਰਾਂਗੇ, ਅਤੇ ਆਪਦੇ ਹੱਕਾਂ ਲਈ ਅਸੀਂ ਦਿੱਲੀ ਜਾਵਾਂਗੇ। ਪਰ ਹਰਿਆਣੇ ਦੇ ਵਿੱਚ ਜਦੋਂ ਸਰਕਾਰ ਭਾਰਤੀ ਜਨਤਾ ਪਾਰਟੀ ਦੀ, ਤੁਸੀਂ ਸਹੂਲਤਾਂ ਤੋਂ ਵਾਂਝੇ ਕਿਉਂ ਆ? ਭਾਰਤੀ ਜਨਤਾ ਪਾਰਟੀ, ਆਮ ਆਦਮੀ ਪਾਰਟੀ, ਜਿਹੜੀ ਸਿਆਸਤ ਹੈ, ਸਿਆਸਤ ਸਾਡੇ 'ਚ ਵੰਡੀਆਂ ਪਾਉਣ ਨੂੰ ਅਤੇ ਰਾਜ ਕਰਨ ਨੂੰ ਉਹ ਨੀਤੀਆਂ ਘੜਦੀ। ਜੇ ਅਸੀਂ ਡੰਡਾ ਚੱਕ ਕੇ ਰੱਖਾਂਗੇ ਤਾਂ ਚਾਹੇ ਭਾਜਪਾ ਸਰਕਾਰ ਹੈ, ਚਾਹੇ ਆਮ ਆਦਮੀ ਪਾਰਟੀ ਹੈ, ਅਤੇ ਚਾਹੇ ਅਕਾਲੀ ਦਲ ਹੈ, ਚਾਹੇ ਕਾਂਗਰਸ ਆ, ਇਹ ਸਿੱਧੀਆਂ ਰਹਿਣਗੀਆਂ। ਪੰਜਾਬ ਨੂੰ ਹਮੇਸ਼ਾ ਕਹਿ ਦਿੱਤਾ ਜਾਂਦਾ ਕਿ ਜਦੋਂ ਪੰਜਾਬ ਨੂੰ ਕਹਿੰਦੇ ਤੱਤਵਾਦੀ ਹੈ, ਖਾਲਿਸਤਾਨੀ ਹੈ, ਅਜਿਹੇ ਟੈਗ ਲਏ ਜਾਂਦੇ ਆ, ਤਾਂ ਤੁਸੀਂ ਉਦੋਂ ਕੀ ਮਹਿਸੂਸ ਕਰਦੇ? ਪਹਿਲਾਂ ਨਾਲੋਂ ਜ਼ਿਆਦਾ ਜੋਸ਼ ਨਾਲ ਅਸੀਂ ਜਾਵਾਂਗੇ, ਉਹਨਾਂ ਚੀਜ਼ਾਂ ਦੀ ਕੋਈ ਪਰਵਾਹ ਨਹੀਂ ਕਿ ਸਰਕਾਰ ਨੇ ਆਪਦਾ ਕੰਮ ਕਰਨਾ, ਸਾਡਾ ਨਿਸ਼ਾਨਾ ਦਿੱਲੀ ਹੈ, ਅਸੀਂ ਪਹੁੰਚ ਕੇ ਰਵਾਂਗੇ। ਰੋਪੜ ਦੀ ਦਾਣਾ ਮੰਡੀ ਦੇ ਵਿੱਚ ਇੱਕ ਵੱਡਾ ਇਕੱਠ ਕਿਸਾਨਾਂ ਦਾ ਹੋਇਆ ਅਤੇ ਐਲਾਨ ਹੈ ਕਿ 13 ਫਰਵਰੀ ਨੂੰ ਦਿੱਲੀ ਵੱਲ ਕੂਚ ਕਰਾਂਗੇ, ਜਿੱਥੇ ਪੰਜਾਬ ਭਰ ਤੋਂ ਕਿਸਾਨ ਆਗੂ ਇਸ ਥਾਂ ਦੇ ਉੱਤੇ ਪਹੁੰਚੇ ਨੇ, ਅਤੇ ਉੱਥੇ ਹਰਿਆਣੇ ਤੋਂ ਵੀ ਆਗੂ ਆਏ ਹੈ। ਕਿਸਾਨ ਯੂਨੀਅਨ ਜੋ ਏਕਤਾ ਹਰਿਆਣਾ ਤੋਂ SP ਮਸੀਤਾ ਜੀ ਪਹੁੰਚੇ ਆ, ਗੱਲਬਾਤ ਕਰਦੇ ਹਾਂ ਬਾਈ, ਕਿਵੇਂ ਦੇਖਦੇ ਹੋ ਵੀ ਪੰਜਾਬ ਦੇ ਕਿਸਾਨ ਤਾਂ ਇਕੱਠੇ ਹੋਏ ਆ, ਪਰ ਹਰਿਆਣੇ ਦੇ ਨਾਲ ਤਾਂ ਇਹ ਦੇਖਣ ਨੂੰ ਮਿਲਦਾ ਹੁੰਦਾ ਵੀ ਹਰਿਆਣੇ ਦੇ ਨਾਲ ਤਾਂ SYL ਦਾ ਮਸਲਾ ਹੈ ਜੀ, ਹਰਿਆਣੇ ਦੇ ਨਾਲ ਤਾਂ ਪੰਜਾਬ ਦੇ ਮਸਲੇ ਬੜੇ ਉਲਝੇ ਹੋਏ ਆ, ਉਹ ਸੁਲਝਾਉਣੇ ਪੈਣੇ ਸਰਕਾਰਾਂ ਦੇ ਤੌਰ 'ਤੇ ਤਾਂ ਜਿਹੜੇ ਇੱਦਾਂ ਦੀਆਂ ਗੱਲਾਂ ਫੈਲਦੀਆਂ, ਅਤੇ ਤੁਸੀਂ ਇੱਥੇ ਆ ਗਏ ਹਰਿਆਣੇ ਤੋਂ ਰੋਪੜ ਦੇ ਵਿੱਚ ਪਹੁੰਚ ਕੇ। ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਮੀਡੀਆ ਦੇ ਸਾਥੀਆਂ ਦਾ। ਅਸਲ 'ਚ ਜਿਹੜੇ ਤੁਸੀਂ ਮੁੱਦੇ ਦੀ ਗੱਲ ਕਰ ਰਹੇ ਹੋ SYL ਦੇ ਮੁੱਦੇ ਦੀ, ਉਹ ਹਰਿਆਣਾ ਅਤੇ ਪੰਜਾਬ ਦਾ ਮੁੱਦਾ ਨਹੀਂ, ਉਹ ਸਿਆਸਤ ਦਾ ਮੁੱਦਾ ਹੈ। ਸਮੇਂ-ਸਮੇਂ ਸਿਰ ਸਿਆਸੀ ਪਾਰਟੀਆਂ ਉਹਦੇ 'ਤੇ ਆ ਕੇ ਸਿਆਸਤ ਕਰਦੀਆਂ, ਉਹ ਸਾਨੂੰ ਵੰਡਣ ਦੇ ਲਈ ਸਿਆਸਤ ਦਾ ਮੁੱਦਾ। ਅਸੀਂ ਅੱਜ ਇੱਥੇ ਆਏ ਹਾਂ, ਸਾਡੀ ਜਿਹੜੀ ਭਾਈਚਾਰਕ ਏਕਤਾ, ਸਾਡੇ ਜਿਹੜੇ ਹੱਕ, ਇਹ ਵੱਖ ਵੱਖ ਮੁੱਦਿਆਂ 'ਚ ਸਾਨੂੰ ਵੰਡ ਕੇ ਜਿਹੜਾ ਸਾਨੂੰ ਦੱਬਿਆ ਕੁਚਲਿਆ ਜਾ ਰਿਹਾ, ਅਸੀਂ ਅੱਜ ਉਹ ਏਕਤਾ ਦੇ ਲਈ ਜਿਹੜੀ ਪਹਿਲਾਂ ਵੀ ਸੀਗੀ, ਅਤੇ ਉਹ ਏਕਤਾ ਦੀ ਮਿਸਾਲ ਦੇ ਲਈ ਅੱਜ ਅਸੀਂ ਇੱਥੇ ਆਏ ਹਾਂ ਇਸ ਮੰਡੀ ਦੇ ਵਿੱਚ। ਅਸੀਂ ਇਸ ਮੰਚ ਤੋਂ, ਅਤੇ ਜਿਹੜਾ ਪਹਿਲਾਂ ਜਦੋਂ ਦਿੱਲੀ ਕੂਚ ਕੀਤਾ ਸੀਗਾ, ਉਦੋਂ ਸਾਡੇ ਕੋਲ ਪੰਜਾਬ ਦਾ ਮੀਡੀਆ ਪਹੁੰਚਿਆ, ਸਭ ਤੋਂ ਪਹਿਲਾਂ ਐਲਾਨ ਸਾਡਾ ਸੀਗਾ ਕਿ ਅਸੀਂ ਪੰਜਾਬ ਵਾਲੇ ਭਰਾਵਾਂ ਦਾ ਸਵਾਗਤ ਕਰਦੇ ਹਾਂ ਦਿਲ ਖੋਲ੍ਹ ਕੇ, ਉਹਨਾਂ ਦੇ ਰੋਟੀ ਪਾਣੀ ਦਾ, ਉਹਨਾਂ ਦੀਆਂ ਸੜਕਾਂ ਦੇ ਰਾਹ ਪੱਧਰੇ ਕਰਨੇ, ਉਹ ਸਾਡੀ ਜ਼ਿੰਮੇਵਾਰੀ ਹੈ, ਅਤੇ ਹਰਿਆਣੇ ਨੇ ਉਹਦੇ 'ਚ ਮੋਹਰੀ ਹੋ ਕੇ ਜਿਹੜੀ ਭੂਮਿਕਾ ਨਿਭਾਈ, ਅਤੇ ਪੰਜਾਬ ਵਾਲੇ ਭਰਾਵਾਂ ਨੂੰ ਦਿੱਲੀ ਪਹੁੰਚਾਉਣ ਦਾ ਕੰਮ ਕੀਤਾ ਸੀ। ਉਸੇ ਤਰ੍ਹਾਂ ਅਸੀਂ ਅੱਜ ਵੀ ਸਭ ਤੋਂ ਪਹਿਲਾਂ ਇਸ ਸਟੇਜ ਤੋਂ ਐਲਾਨ ਕਰਕੇ ਜਾਂਦੇ ਹਾਂ ਕਿ ਸਾਡੀਆਂ ਜਥੇਬੰਦੀਆਂ ਹਰਿਆਣੇ ਦੇ ਜਿੰਨੇ ਵੀ ਬਾਰਡਰ ਲੱਗਦੇ ਨੇ, ਸਾਡਾ ਬਾਰਡਰ ਡੱਬ ਵਾਲੀ ਲੱਗਦਾ, ਅਸੀਂ ਡੱਬ ਵਾਲੀ ਤੋਂ, ਅਤੇ ਜਿੰਨੇ ਵੀ ਵੱਖ ਵੱਖ ਬਾਰਡਰ ਸਾਡੇ ਹਰਿਆਣੇ ਦੇ ਨਾਲ ਲੱਗਦੇ ਨੇ, ਸਾਡੀ ਮੈਂ ਡੱਬ ਵਾਲੀ ਦੀ ਇੱਕ ਖਾਸੀਅਤ ਦੱਸਾਂ, ਸਾਡੀ ਤਰਵੈਣੀ ਸਿਟੀ ਹੈ ਜਿਹੜੀ, ਉੱਥੇ 3 ਸਟੇਟਾਂ ਦਾ ਮੇਲ ਹੁੰਦਾ, ਰਾਜਸਥਾਨ ਦਾ, ਪੰਜਾਬ ਦਾ ਅਤੇ ਹਰਿਆਣੇ ਦਾ। ਤਾਂ ਜਦੋਂ ਵੀ ਸਾਡੇ ਭਰਾ ਜਿਹੜੇ ਮਾਲਵਾ ਬੈਲਟ ਜਿਹੜੀ ਡੱਬ ਵਾਲੀ ਤੋਂ ਕ੍ਰੋਸ ਕਰੂਗੀ, ਉਹਨਾਂ ਲਈ ਜਿਹੜੀਆਂ ਰਾਹਾਂ ਦੀਆਂ ਔਕੜਾਂ ਆਉਣਗੀਆਂ ਉਹ ਅਸੀਂ ਕਲੀਅਰ ਕਰਾਂਗੇ, ਅਤੇ ਆਪਦੇ ਹੱਕਾਂ ਲਈ ਅਸੀਂ ਦਿੱਲੀ ਜਾਵਾਂਗੇ। ਇਕੱਲਾ ਤੁਸੀਂ ਬੋਲ ਰਹੇ ਹੋ ਜਾਂ ਹੋਰ ਵੀ ਭਰਾ ਜਿਹੜੇ ਹੈਗੇ ਆ? ਹਰਿਆਣਾ ਤਾਂ ਬਹੁਤ ਵੱਡਾ ਹੈ, ਰਾਹ ਕਿਹੜਿਆਂ ਤੋਂ ਲੰਘਣਾ, ਉੱਥੋਂ ਦੇ ਲੋਕ ਵੀ ਇਹ ਸੋਚਦੇ ਆ ਕਿ ਉਹ ਕਿਸਾਨੀ ਦਾ ਸਾਥ ਦੇਣਗੇ, ਇਹ ਤਾਂ ਨਹੀਂ ਕਿ ਸਰਕਾਰ ਤਾਂ ਉਸੇ ਤਰ੍ਹਾਂ ਕਹਿੰਦੀ ਕਿ ਅਸੀਂ ਤਾਂ ਨਹੀਂ ਜਾਣ ਦਿੰਦੇ, ਉਹ ਤਾਂ ਫਿਰ ਰਾਹ ਰੋਕਣਗੇ, ਫਿਰ ਸਾਰਾ ਹਰਿਆਣਾ ਵੀ ਸੋਚਦਾ ਜਾਂ ਇਕੱਲੇ ਤੁਸੀਂ ਸੋਚ ਰਹੇ ਹੋ? ਬਿਲਕੁਲ, ਤੁਹਾਡਾ ਸਵਾਲ ਬਹੁਤ ਵਧੀਆ। ਇਸ ਵਾਰ ਜਿਹੜਾ ਸੰਯੁਕਤ ਕਿਸਾਨ ਮੋਰਚਾ, ਗੈਰ ਰਾਜਨੀਤਿਕ,
ਪੂਰੇ ਭਾਰਤ ਭਰ ਦੀਆਂ ਜਥੇਬੰਦੀਆਂ ਜਿਹੜੀਆਂ ਗੈਰ ਸਿਆਸੀ ਨੇ ਇਹਦੇ ਵਿੱਚ, ਤਾਂ ਸਾਡੀਆਂ ਹਰਿਆਣੇ ਦੇ ਵਿੱਚ ਲਗਾਤਾਰ ਮੀਟਿੰਗਾਂ ਹੋਈਆਂ ਨੇ, ਜਿਹਦੇ ਵਿੱਚ ਹਰਿਆਣੇ ਦੇ ਹਰ ਇੱਕ ਪਿੰਡ ਦਾ, ਹਰ ਇੱਕ ਬੱਚੇ ਦਾ ਪਹਿਲਾਂ ਨਾਲੋਂ ਵੱਧ ਭਰਮਾ ਹੁੰਗਾਰਾ, ਅਤੇ ਸਾਰੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਆਪਦੇ ਪਹਿਰੇ ਦੇਣ ਨੂੰ ਤਿਆਰ ਖੜੇ ਆ। ਇਹ ਸਾਡੀ ਇਕੱਲੇ ਜਥੇਬੰਦੀ ਦੀ ਆਵਾਜ਼ ਜਾਂ ਮੇਰੀ ਇਕੱਲੇ ਦੀ ਆਵਾਜ਼ ਨਹੀਂ, ਇਹ ਸਾਡੇ ਸੰਯੁਕਤ ਹਰਿਆਣੇ ਦੀ ਆਵਾਜ਼ ਹੈ। ਗੈਰ ਰਾਜਨੀਤਿਕ ਨਾਲ ਜਿੰਨਾ ਵੀ ਬੱਚੋ ਬੱਚੀ ਜੁੜਿਆ, ਹਰ ਇੱਕ ਆਵਾਮ ਦੀ ਆਵਾਜ਼ ਹੈ। ਹਰਿਆਣੇ ਦੇ ਵਿੱਚ ਤਾਂ ਸਰਕਾਰ ਹੀ ਭਾਰਤੀ ਜਨਤਾ ਪਾਰਟੀ ਦੀ ਹੈ, ਸੈਂਟਰ 'ਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਤੁਹਾਨੂੰ ਵੀ ਇਹ ਚੁਣੌਤੀਆਂ ਆ ਰਹੀਆਂ ਜਿਹੜੀਆਂ ਪੰਜਾਬ ਦੇ ਵਿੱਚ ਆ ਰਹੀਆਂ? ਹਾਲਾਂਕਿ ਇੱਥੇ ਤਾਂ ਕਿਹਾ ਜਾਂਦਾ ਕਿ ਸਾਡਾ ਸੈਂਟਰ ਨਾਲ ਸਿੱਧੀ ਟੱਕਰ ਹੈ, ਸਾਨੂੰ ਉੱਥੇ ਸਹੂਲਤਾਂ ਨਹੀਂ ਮਿਲ ਰਹੀਆਂ, ਪਰ ਹਰਿਆਣੇ ਦੇ ਵਿੱਚ ਜਦੋਂ ਸਰਕਾਰ ਭਾਰਤੀ ਜਨਤਾ ਪਾਰਟੀ ਦੀ, ਤੁਸੀਂ ਸਹੂਲਤਾਂ ਤੋਂ ਵਾਂਝੇ ਕਿਉਂ ਹੋ? ਤੁਸੀਂ ਸੈਂਟਰ ਕਿਹਨੂੰ ਮੰਨਦੇ ਹੋ ਅਤੇ ਸਟੇਟ ਕਿਹਨੂੰ ਮੰਨਦੇ ਹੋ? ਭਾਰਤੀ ਜਨਤਾ ਪਾਰਟੀ, ਆਮ ਆਦਮੀ ਪਾਰਟੀ, ਜਿਹੜੀ ਸਿਆਸਤ ਹੈ, ਸਿਆਸਤ ਸਾਡੇ 'ਚ ਵੰਡੀਆਂ ਪਾਉਣ ਨੂੰ ਅਤੇ ਰਾਜ ਕਰਨ ਨੂੰ ਉਹ ਨੀਤੀਆਂ ਘੜਦੀ ਹੈ। ਅਸਲ 'ਚ ਜਿਹੜੀ ਰਾਜਨੀਤੀ ਸੀ, ਇਹ ਲੋਕਾਂ ਦੇ ਫਾਇਦੇ ਲਈ ਨੀਤੀਆਂ ਘੜਨ ਲਈ ਬਣਾਈ ਗਈ ਸੀ, ਪਰ ਅੱਜ ਦੀ ਜਿਹੜੀ ਨੀਤੀ ਹੈ, ਇਹ ਲੋਕਾਂ ਨੂੰ ਧਰਮ ਦੇ ਨਾਂ 'ਤੇ, ਜਾਤੀ ਦੇ ਨਾਮ 'ਤੇ, ਸੂਬਿਆਂ ਦੇ ਨਾਮ 'ਤੇ ਲੜਾ ਕੇ, ਇਹਨਾਂ ਨੂੰ ਵੰਡ ਕੇ, ਇਹਨਾਂ 'ਤੇ ਰਾਜ ਕਰਨ ਦੀ ਉਹ ਨੀਤੀ ਬਣੀ ਹੋਈ ਆ। ਉਹ ਲੋਕਾਂ ਦੇ ਫਾਇਦੇ ਦੀਆਂ ਨੀਤੀਆਂ ਨਹੀਂ ਘੜਦੀ, ਚਾਹੇ ਸੈਂਟਰ ਹੋਵੇ, ਚਾਹੇ ਸਟੇਟ ਹੋਵੇ, ਚਾਹੇ ਭਾਜਪਾ ਹੋਵੇ, ਚਾਹੇ ਤੁਹਾਡੇ ਪੰਜਾਬ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਹੋਵੇ, ਇਹ ਆਮ ਲੋਕਾਂ ਵਾਸਤੇ ਨਹੀਂ ਸੋਚਦੀ। ਜਿਹੜਾ ਗੈਰ ਰਾਜਨੀਤਿਕ ਮੋਰਚਾ, ਇਹ ਇੱਕ ਵਿਰੋਧੀ ਧਿਰ ਵਜੋਂ ਖੜਾ ਹੋਊਗਾ, ਜੇ ਅਸੀਂ ਡੰਡਾ ਚੱਕ ਕੇ ਰੱਖਾਂਗੇ ਤਾਂ ਚਾਹੇ ਭਾਜਪਾ ਸਰਕਾਰ ਹੈ, ਚਾਹੇ ਆਮ ਆਦਮੀ ਪਾਰਟੀ ਹੈ, ਅਤੇ ਚਾਹੇ ਅਕਾਲੀ ਦਲ ਆ, ਚਾਹੇ ਕਾਂਗਰਸ ਆ, ਇਹ ਸਿੱਧੀਆਂ ਰਹਿਣਗੀਆਂ। ਅਗਰ ਅਸੀਂ ਇਹਨਾਂ ਦੀਆਂ ਵੰਡੀਆਂ 'ਚ ਪੈ ਗਏ, ਸਾਨੂੰ ਕੁਛ ਨਹੀਂ ਲਈ। ਭਾਅ ਜੀ, ਸਾਰਿਆਂ ਤੋਂ ਵੱਡੀ ਤਾਕਤ ਤਾਂ ਲੋਕਤੰਤਰ ਦੀ ਵੀ ਲੋਕ ਹੁੰਦੇ ਆ, ਫਿਰ ਲੋਕ ਕਿਉਂ ਉਸ ਤਰ੍ਹਾਂ ਹੋ ਜਾਂਦੇ ਉਹਨਾਂ ਦੇ ਖਿਲਾਫ਼? ਲੋਕ ਤਾਂ ਭੁਗਤਦੇ ਨਹੀਂ, ਲੋਕ ਤਾਂ ਹੱਕ 'ਚ, ਲੋਕ ਤਾਂ ਹੁਣ ਵੀ ਇਹ ਨਾਰਾ ਕਹਿੰਦੇ ਲਾ ਰਹੇ ਵੱਡੇ ਪੱਧਰ ਦੇ ਉੱਤੇ ਵੀ ਕਰ ਲਓ, ਜੋ ਕਰਨਾ ਆਊਗਾ ਤਾਂ ਮੋਦੀ ਹੀ। ਦੇਖੋ, ਇਹਨਾਂ ਨੇ ਕੀ ਕੀਤਾ, ਮੀਡੀਆ 'ਤੇ ਕੰਟਰੋਲ, ਜਿਹੜੇ ਗੋਦੀ ਮੀਡੀਆ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਬਹੁਤ ਸਾਰਾ ਮੀਡੀਆ ਜਿਹੜਾ ਸਾਡਾ ਸਾਥ ਵੀ ਦਿੰਦਾ ਉਹ ਸਾਡਾ ਮੀਡੀਆ, ਪਰ ਜਿਹੜਾ ਗੋਦੀ ਮੀਡੀਆ ਉਹਦੇ 'ਤੇ ਕੰਟਰੋਲ ਹੈ, ਉਹ ਜੋ ਦਿਖਾਉਂਦਾ। ਹੁਣ ਬਹੁ ਗਿਣਤੀ ਜਿਹੜੇ ਲੋਕ ਘਰਾਂ 'ਚ ਬੈਠਣ ਵਾਲੇ ਆ, ਉਹਨਾਂ ਤੱਕ ਚਰਚਾ ਪਹੁੰਚਾਈ ਜਾਂਦੀ ਆ, ਸਾਡੇ ਕੋਲ ਉਹਨਾਂ ਤੰਤਰ ਮੰਤਰ ਨਹੀਂ ਹੈ। ਜਿਹੜੇ ਬਚਾਉਣ ਵਾਲੇ ਲੋਕ ਆ, ਉਹ ਦੇਸ਼ ਨੂੰ ਬਚਾਉਣ 'ਤੇ ਲੱਗੇ ਹੋਏ ਆ, ਲੁੱਟਣ ਵਾਲੇ ਲੁੱਟਣ 'ਤੇ ਲੱਗੇ ਹੋਏ ਆ, ਹਰੇਕ ਦੀਆਂ ਆਪਦੀਆਂ ਆਪਦੀਆਂ ਡਿਊਟੀਆਂ ਲੱਗੀਆਂ ਹੋਈਆਂ। ਪਰ ਇਹ ਜਿਹੜੀਆਂ ਆਵਾਜ਼ਾਂ ਆ ਰਹੀਆਂ, ਇਹਨਾਂ ਦੇ ਜਿਹੜੇ ਲੋਕ ਫਿੱਟ ਕੀਤੇ ਹੋਏ, ਉਹਨਾਂ ਦੀਆਂ ਆਵਾਜ਼ਾਂ ਆਮ ਲੋਕ ਦੀ ਇਹ ਆਵਾਜ਼ ਨਹੀਂ। ਜਿਹੜੀਆਂ ਵਿਰੋਧੀ ਧਿਰਾਂ ਵਜੋਂ ਗੈਰ ਰਾਜਨੀਤਿਕ, ਗੈਰ ਸਿਆਸੀ ਜਿਹੜੀਆਂ ਧਿਰਾਂ ਖੜੀਆਂ ਹੈਗੀਆਂ, ਉਹ ਹਮੇਸ਼ਾ ਦੇਸ਼ ਨੂੰ ਬਚਾਉਣ ਦਾ ਕੰਮ ਕਰਦੀਆਂ ਰਹੀਆਂ ਅਤੇ ਕਰਦੀਆਂ ਰਹਿਣਗੀਆਂ। ਤੁਸੀਂ ਵੀ ਨਾਲ ਬਰਾਬਰ ਦਿੱਲੀ ਜਾ ਕੇ ਬੈਠੋਗੇ, ਕੀ ਤੁਹਾਡਾ ਵੀ ਰੌਲਾ ਉਨਾ ਹੀ ਆ ਦਿੱਲੀ ਨਾਲ? ਕਿਉਂਕਿ ਪੰਜਾਬ ਨੂੰ ਹਮੇਸ਼ਾ ਕਹਿ ਦਿੱਤਾ ਜਾਂਦਾ, ਫਿਰ ਜਦੋਂ ਪੰਜਾਬ ਨੂੰ ਕਹਿੰਦਾ ਇਹ ਤੱਤਵਾਦੀ ਹੈ, ਖਾਲਿਸਤਾਨੀ ਹੈ, ਅਜਿਹੇ ਟੈਗ ਲਏ ਜਾਂਦੇ ਆ, ਤਾਂ ਤੁਸੀਂ ਉਦੋਂ ਕੀ ਮਹਿਸੂਸ ਕਰਦੇ ਹੋ? ਗੱਲ ਇੱਥੇ ਪੰਜਾਬ ਜਾਂ ਹਰਿਆਣੇ ਦੀ ਨਹੀਂ ਗੀ, ਗੱਲ ਇੱਥੇ ਆਮ ਇਨਸਾਨ ਦੀ ਹੈ। ਇਹ ਪੰਜਾਬ ਹਰਿਆਣਾ ਤਾਂ ਇਹਨਾਂ ਨੇ ਬਣਾਏ ਆ, ਇਨਸਾਨ ਕੌਣ ਹੈ, ਇਨਸਾਨ ਦੀਆਂ ਜ਼ਰੂਰਤਾਂ ਕੀ ਆ, ਉਹ ਆਮ ਇਨਸਾਨ ਸਮਝਦੇ ਆ, ਅਤੇ ਅਸੀਂ ਵੀ ਉਹਨਾਂ ਆਮ ਇਨਸਾਨਾਂ ਦੇ ਵਿੱਚ ਆਉਣੇ ਆ, ਚਾਹੇ ਅਸੀਂ ਹਰਿਆਣੇ ਦੇ ਹਾਂ, ਚਾਹੇ ਪੰਜਾਬ ਦੇ ਹਾਂ, ਉਹ ਮੈਟਰ ਨਹੀਂ ਕਰਦਾ। ਸਾਡੀ ਜ਼ਿੰਦਗੀ ਨਾਲ ਵੀ ਉਹੀ ਖਿਲਵਾੜ ਹੋ ਰਿਹਾ, ਸਾਨੂੰ ਵੀ ਦੱਬਿਆ ਕੁਚਲਿਆ ਜਾ ਰਿਹਾ, ਸਾਡੀਆਂ ਵੀ ਉਹੀ ਮੰਗਾਂ ਨੇ, ਜਿਹੜੀਆਂ ਜ਼ਿੰਦਗੀ ਦੀਆਂ ਜ਼ਰੂਰਤਾਂ ਨੇ ਉਹ ਸਾਡੀਆਂ ਵੀ ਉਹੀ ਨੇ। ਤਾਂ ਅਸੀਂ ਜਾ ਕੇ ਦਿੱਲੀ ਵੀ ਨਾਲ ਬੈਠਾਂਗੇ, ਦਿੱਲੀ ਜਾਣ ਤੋਂ ਪਹਿਲਾਂ ਦਿੱਲੀ ਦੀਆਂ ਤਿਆਰੀਆਂ ਤਾਂ ਸਾਡੀਆਂ ਹੁਣ ਵੀ ਪਿੰਡਾਂ ਦੇ ਵਿੱਚ ਕਾਫਲੇ ਚੱਲ ਰਹੇ ਆ, ਉਸ ਤੋਂ ਪਹਿਲਾਂ ਜਿਹੜੇ ਸਾਡੇ ਫਰਜ਼ ਬਣਦੇ ਆ ਵੀ ਜਿਹੜੇ ਸਾਡੇ ਭਰਾ ਆਉਣਗੇ, ਕਿਉਂਕਿ ਰਸਤਾ ਸਾਡੇ ਵਿੱਚ ਦੀ ਹੈ ਜਿਹੜਾ ਦਿੱਲੀ ਨੂੰ ਜਾ ਰਿਹਾ, ਉਹ ਜਿਹੜੀਆਂ ਔਕੜਾਂ ਆਉਣੀਆਂ ਉਹ ਕੱਢਣਾ ਸਾਡਾ ਫਰਜ਼। ਤੁਸੀਂ ਜਿਹੜਾ ਇੱਥੇ ਕਿੰਨੀ ਜਥੇਬੰਦੀ ਹਰਿਆਣੇ ਦੀਆਂ ਹੈਗੀਆਂ ਜਿਹੜੀਆਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਨਾਲ? ਦੇਖੋ, ਇਹਦੇ ਵਿੱਚ ਜਿਹੜੀਆਂ ਪਹਿਲਾਂ ਜਥੇਬੰਦੀਆਂ ਸੀ, ਹਰ ਰੋਜ਼ ਇਹਦੇ ਵਿੱਚ ਨਵੀਆਂ ਜਥੇਬੰਦੀਆਂ ਐਡ ਹੋ ਰਹੀਆਂ, ਕਿਉਂਕਿ ਕੀ ਹੈ ਨਾ, ਪੰਜਾਬ ਬਹੁਤ ਟਾਈਮ ਦਾ ਜਥੇਬੰਦ ਸੀ, ਹਰਿਆਣੇ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਬਹੁਤ ਜ਼ਿਆਦਾ ਸੀ, ਪਰ ਉਹਨਾਂ ਦਾ ਇੱਕ ਤਾਲਮੇਲ ਆਪਸੀ ਨਹੀਂ ਸੀ। ਜਦੋਂ ਤੋਂ ਇਹ ਗੈਰ ਰਾਜਨੀਤਿਕ ਮੋਰਚਾ ਬਣਿਆ, ਉਸ ਤੋਂ ਬਾਅਦ ਸਟਾਰਟ ਹੋਇਆ, ਜਿਵੇਂ ਵੀ ਸਾਡੀ ਪੜਚੋਲ ਹੋਈ, ਉਹਦੇ ਵਿੱਚ ਜਿਵੇਂ ਵੀ ਜਥੇਬੰਦੀਆਂ ਆਉਂਦੀਆਂ ਰਹੀਆਂ, ਦੋ ਆਈਆਂ, ਚਾਰ ਆਈਆਂ, ਪੰਜ ਆਈਆਂ, ਇਹ ਹਰ ਰੋਜ਼ ਇਹ ਗਿਣਤੀ ਵੱਧਦੀ ਰਹੀ ਹੈ ਅਤੇ ਵੱਧ ਰਹੀ ਹੈ ਅੱਗੇ।
ਇਹ ਤਾਂ ਜਦੋਂ ਤੱਕ ਮਤਲਬ 13 ਫਰਵਰੀ ਨੂੰ ਅਸੀਂ ਦਿੱਲੀ ਜਾਵਾਂਗੇ ਉਦੋਂ ਪਤਾ ਲੱਗੂਗਾ ਸਾਨੂੰ ਵੀ ਸਾਡੀਆਂ 30 ਜਾਂ 40 ਜਿੰਨੀਆਂ ਵੀ ਜਥੇਬੰਦੀਆਂ ਉਹ ਸਾਡੇ ਨਾਲ ਜਾਣਗੀਆਂ, ਅਸੀਂ ਉਹਨਾਂ ਦੀ ਪੜਚੋਲ ਕਰਕੇ ਜਿਹੜੇ ਲੋਕ ਉਦੋਂ ਸਾਡੇ ਅੱਜ ਵਾਲੇ ਕਿਸਾਨੀ ਆਗੂਆਂ ਨੇ ਦੱਬਤੇ ਸੀ, ਜਿਹੜੇ ਜਾ ਕੇ ਜਿਨ੍ਹਾਂ ਨੇ ਸਿਆਸਤ ਕਰਨੀ ਸੀ ਉਹਨਾਂ ਨੂੰ ਅਸੀਂ ਖੜੇ ਕਰ ਰਹੇ ਹਾਂ ਮੁੜ ਤੋਂ ਸਾਡੇ ਨਾਲ। ਜਦੋਂ ਹਰਿਆਣੇ ਦੇ ਵਿੱਚ ਦਿੱਲੀ ਜਾ ਕੇ ਬੈਠਣਾ ਤਾਂ ਹਰਿਆਣਾ ਫਿਰ ਨਾਲ ਲੱਗਦਾ, ਬਹੁਤ ਸਾਰੀਆਂ ਜ਼ਰੂਰਤਾਂ ਰਹਿਣਗੀਆਂ, ਕੀ ਉਹ ਪੂਰੀਆਂ ਹੋ ਸਕਣਗੀਆਂ ਉਸੇ ਤਰ੍ਹਾਂ ਜਿਹੜੀ ਤਰਜ਼ ਦੇ ਉੱਤੇ ਪਹਿਲਾਂ ਉਸ ਤਰ੍ਹਾਂ ਜ਼ਰੂਰਤਾਂ ਪੂਰੀਆਂ ਹੋ ਰਹੀਆਂ ਸੀ, ਦੁੱਧ ਦੀ ਲੋੜ ਸੀ ਜਾਂ ਹੋਰ ਚੀਜ਼ਾਂ ਦੀ ਲੋੜ ਸੀ ਉਹ ਵੀ ਪੂਰੀਆਂ ਹੋਣਗੀਆਂ? ਦਿੱਲੀ ਜਾਣਾ ਇੰਨਾ ਸੌਖਾ ਲੱਗਦਾ ਤੁਹਾਨੂੰ ਕਿ ਪਹਿਲਾਂ ਦੀ ਤਰ੍ਹਾਂ ਉੱਥੇ ਜੰਮ ਜਾਏਗਾ ਮੋਰਚਾ ਜਾ ਕੇ? ਫੌਜ ਜਦੋਂ ਲੜਾਈ ਲੜਦੀ ਹੈ ਅਸੀਂ ਇੱਕ ਫੌਜ ਦੀ ਤਰ੍ਹਾਂ ਇੱਥੋਂ ਜਾ ਰਹੇ ਹਾਂ। ਫੌਜ ਜਦੋਂ ਲੜਾਈ ਲੜਦੀ ਹੈ ਤਾਂ ਫੌਜ ਨੂੰ ਜਿਹੜੀ ਖਾਣੇ ਪਾਣੀ ਦੀ ਜ਼ਰੂਰਤ ਹੁੰਦੀ ਹੈ, ਖਾਣੇ ਪਾਣੀ ਤੋਂ ਬਿਨਾਂ ਫੌਜ ਲੜਾਈ ਨਹੀਂ ਲੜ ਸਕਦੀ। ਤਾਂ ਇਹ ਆਗੂਆਂ ਦੀ ਵੀ ਕਿਤੇ ਨਾ ਕਿਤੇ ਸੋਚ ਸੀ ਪਿਛਲੀ ਵਾਰ ਵੀ ਜਦੋਂ ਜਾ ਕੇ ਬਾਰਡਰਾਂ 'ਤੇ ਰੁਕੇ ਸੀ ਵੀ ਕੀ ਅੱਗੋਂ ਹਰਿਆਣੇ ਦੀ ਸਪੋਰਟ ਮਿਲੂਗੀ ਜਾਂ ਨਹੀਂ। ਪੰਜਾਬ ਦਾ ਅਤੇ ਦਿੱਲੀ ਦਾ ਡਿਫਰੈਂਸ ਬਹੁਤ ਸੀ, ਰੋਜ਼ ਰੋਜ਼ ਇੱਥੋਂ ਖਾਣਾ ਲੈ ਕੇ ਜਾਣਾ ਸੰਭਵ ਨਹੀਂ ਸੀ। ਤਾਂ ਉਦੋਂ ਅਸੀਂ ਆਪਦੇ ਦਿਲਾਂ ਦੇ ਬੂਹੇ ਖੁੱਲ੍ਹੇ ਸੀ, ਕਰੇ ਸੀ, ਖਾਣੇ ਪਾਣੀ ਲਈ ਵੀ ਕਰੇ ਸੀ, ਜਿਹੜੀਆਂ ਹੋਰ ਜ਼ਰੂਰਤਾਂ ਉਹਨਾਂ ਲਈ ਵੀ ਕਰੇ ਨੇ। ਉਸੇ ਤਰ੍ਹਾਂ ਸਾਡੇ ਬੂਹੇ ਦਿਲਾਂ ਦੇ ਅੱਜ ਵੀ ਖੁੱਲ੍ਹੇ ਆ, ਜਿਹੜੀ ਵੀ ਲੋੜ ਸਾਡੇ ਪੰਜਾਬ ਦੇ ਭਰਾਵਾਂ ਨੂੰ ਪਊਗੀ ਉਹ ਅਸੀਂ ਪੂਰੀ ਕਰਾਂਗੇ, ਉਹ ਸਾਡਾ ਫਰਜ਼ ਬਣਦਾ, ਉਹ ਸਾਡੀ ਮਹਿਮਾਨਵਾਜ਼ੀ ਆ, ਅਤੇ ਸਰਕਾਰ ਤੋਂ ਜਿਹੜੇ ਅਸੀਂ ਆਪਦੇ ਹੱਕ ਲੈਣੇ ਆ ਉਹ ਸਾਡੇ ਹੱਕਾਂ ਦੀ ਗੱਲ ਆ, ਅਤੇ ਅਸੀਂ ਇਕੱਠੇ ਹੋ ਕੇ ਲੈ ਕੇ ਰਵਾਂਗੇ। ਜਦੋਂ ਪੰਜਾਬ ਤੋਂ ਇਹ ਗੱਲ ਤੁਰਦੀ ਤਾਂ ਇਹ ਕਿਹਾ ਜਾਂਦਾ ਵੀ ਢਿੱਡ ਦੀ ਲੜਾਈ ਆ, ਇਹ ਸਾਡੀ ਹੋਂਦ ਦੀ ਲੜਾਈ ਆ, ਜੇ ਹਰਿਆਣੇ ਦੀ ਗੱਲ ਤੁਰਦੀ ਆ ਤਾਂ ਤੁਸੀਂ ਇਸ ਨੂੰ ਕੀ ਸਮਝਦੇ ਹੋ? ਲੜਾਈ ਤਾਂ ਢਿੱਡ ਦੀ ਆ, ਲੜਾਈ ਤਾਂ ਢਿੱਡ ਦੀ ਲੜ ਰਹੀ ਹੈ। ਜੇ ਆਪਾਂ ਨੂੰ ਪਤਾ ਸਾਡੇ ਸਾਰੇ ਕੰਮਕਾਰ ਸਹੀ ਚੱਲ ਰਹੇ ਆ, ਸਾਡੀ ਖੇਤੀ ਸਹੀ ਚੱਲ ਰਹੀ ਹੈ ਜਿਹੜੀ ਪੈਦਾ ਦਿੰਦੀ ਆ, ਤੁਸੀਂ ਦੇਖੋਗੇ ਕਰੋਨਾ ਕਾਲ ਦੇ ਵਿੱਚ ਜਿਹੜੀ ਇਕੱਲੀ ਖੇਤੀ ਸੀ ਉਹ ਲਾਹੇਬੰਦ ਰਹੀ ਸੀ, ਤਾਂ ਉਦੋਂ ਤੋਂ ਵੀ ਇਹ ਕਾਰਪੋਰੇਟਾਂ ਦੀ ਅੱਖ ਇੱਥੇ ਸੀ ਨਾ ਵੀ ਇਹ ਕਿਉਂ ਆ, ਠੀਕ ਹੈ। ਜੇ ਸਾਡੀ ਖੇਤੀ ਦੀਆਂ ਜਿਹੜੀਆਂ ਨੀਤੀਆਂ ਸਾਡੀ ਖੇਤੀ ਲਈ ਬਣਾਈਆਂ ਜਾਂਦੀਆਂ ਉਹ ਲਾਹੇਬੰਦ ਹੋਣ ਤਾਂ ਸਾਨੂੰ ਇਹ ਕੋਈ ਸ਼ੌਂਕ ਨਹੀਂ ਸੜਕਾਂ 'ਤੇ ਬੈਠਣ ਦਾ, ਇਹ ਲੜਾਈਆਂ ਲੜਨ ਦਾ। ਸਾਡੀ ਰੋਟੀ ਖੋਈ ਜਾ ਰਹੀ ਹੈ, ਸਾਡੇ ਪੇਟ ਦੀ ਲੜਾਈ ਹੈ ਇਹ, ਉਹਦੇ ਲਈ ਅਸੀਂ ਲੜ ਰਹੇ ਹਾਂ, ਆਵਾਮ ਦੀ ਲੜਾਈ। ਜੇ ਅੱਗਿਓਂ ਬਹੁਤ ਸਾਰੀ ਤਿਆਰੀ ਸਰਕਾਰ ਦੀ ਵੀ ਹੋਊਗੀ, ਡਾਂਗ ਵਰਦੀ ਆ ਅੱਗਿਓਂ ਪ੍ਰਬੰਧ ਉੱਦਾਂ ਦਿੰਦੇ, ਫਿਰ ਕੀ ਕਰੋਗੇ? ਪਹਿਲਾਂ ਨਹੀਂ ਵਰੀ, ਸਰਕਾਰ ਨੇ ਪਹਿਲਾਂ ਵਾਹ ਥੋੜ੍ਹੀ ਲਾਈ ਆ, ਉਹ ਕੋਈ ਸਹਿਮਤੀ ਨਾਲ ਥੋੜ੍ਹਾ ਜਾਣ ਦਿੱਤੇ ਸੀ, ਸਰਕਾਰ ਨੇ ਤਾਂ ਉਦੋਂ ਵੀ ਆਪਦੀ ਵਾਹ ਲਾਈ ਸੀ ਅਤੇ ਹੁਣ ਵੀ ਲਾਊਗੀ। ਇਸ ਵਾਰ ਦਾ ਅਨੁਮਾਨ ਕੀ ਹੈ ਤੁਹਾਡਾ? ਹੁਣ ਤਾਂ ਸਰਕਾਰ ਵੀ ਸਤਰਕ ਹੋਊਗੀ ਪੂਰੀ? ਨਹੀਂ ਨਹੀਂ, ਦੇਖੋ ਜੀ ਉਸ ਚੀਜ਼ ਦੀ ਪਰਵਾਹ ਕੋਈ ਨਹੀਂ ਕਰਦੇ ਸੀ, ਠੀਕ ਹੈ, ਪਹਿਲਾਂ ਜਿੰਨੇ ਕੁ ਭੇਤ ਸਰਕਾਰ ਦੇ ਸਾਨੂੰ ਹੈ ਨਹੀਂ ਸੀ ਉਹ ਸਾਨੂੰ ਹੈਗੇ ਆ, ਅਤੇ ਹੁਣ ਪਹਿਲਾਂ ਨਾਲੋਂ ਜ਼ਿਆਦਾ ਜੋਸ਼ ਨਾਲ ਅਸੀਂ ਜਾਵਾਂਗੇ, ਉਹਨਾਂ ਚੀਜ਼ਾਂ ਦੀ ਕੋਈ ਪਰਵਾਹ ਨਹੀਂ ਗੀ। ਸਰਕਾਰ ਨੇ ਆਪਦਾ ਕੰਮ ਕਰਨਾ, ਸਾਡਾ ਨਿਸ਼ਾਨਾ ਦਿੱਲੀ ਆ, ਅਸੀਂ ਪਹੁੰਚ ਕੇ ਰਵਾਂਗੇ। ਤਾਂ ਬਿਲਕੁਲ, ਜਿੱਥੇ ਪੰਜਾਬ ਦੇ ਕਿਸਾਨ ਜਿਹੜੇ ਹੈਗੇ ਆ ਉਹ ਦਿੱਲੀ ਜਾਣ ਦੇ ਲਈ ਪੂਰੀ ਤਿਆਰੀ ਰੱਖੀ ਬੈਠੇ, ਤਾਂ ਅੱਗੇ ਹਰਿਆਣੇ ਤੋਂ ਪਹੁੰਚੀਆਂ ਜਥੇਬੰਦੀਆਂ ਦਾ ਵੀ ਇਹ ਕਹਿਣਾ ਕਿ ਅਸੀਂ ਵੀ ਰਾਹ ਦੇ ਵਿੱਚ ਤਿਆਰ ਹਾਂ ਅਤੇ ਉਸੇ ਤਰ੍ਹਾਂ ਪੰਜਾਬ ਦੇ ਕਿਸਾਨਾਂ ਦੇ ਲਈ ਰਾਹ ਬਣਾਵਾਂਗੇ ਅਤੇ ਬਰਾਬਰ ਨਾਲ ਮਿਲ ਕੇ ਦਿੱਲੀ ਵੱਲ ਕੂਚ ਕਰਾਂਗੇ। ਪਰ 13 ਫਰਵਰੀ ਨੂੰ ਆਖਰ ਹੋਊਗਾ ਕੀ, ਕਿਸ ਤਰ੍ਹਾਂ ਦਾ ਮਾਹੌਲ ਹੋਊਗਾ, ਕਿ ਸਰਕਾਰ ਦਿੱਲੀ ਤੱਕ ਕਿਸਾਨਾਂ ਨੂੰ ਪਹੁੰਚਣ ਦੇਵੇਗੀ ਜਾਂ ਰਸਤੇ ਦੇ ਵਿੱਚ ਫਿਰ ਉਸੇ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲੇਗਾ ਜੋ ਪਹਿਲਾਂ ਕਿਸਾਨ ਮੋਰਚੇ ਦੌਰਾਨ ਦੇਖਣ ਨੂੰ ਮਿਲਿਆ ਸੀ। ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ।